ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਦੋਸਤੋ, 26 ਮਈ ਨੂੰ PPSC ਨੇ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਵੱਖ ਵੱਖ ਅਸਾਮੀਆਂ ਦੇ ਲਈ ਜਿਹੜਾ ਪੇਪਰ ਕੰਡਕਟ ਕਰਵਾਇਆ ਗਿਆ ਸੀਗਾ, ਉਹਦੀ ਪਹਿਲੀ ਸਟੇਜ ਤਾਂ ਹੋ ਗਈ ਜੀ ਕੰਪਲੀਟ। ਇਸ ਵੀਡੀਓ ਦੇ ਵਿੱਚ ਆਪਾਂ ਉਸ ਐਗਜ਼ਾਮ ਦੀ ਜਿਹੜੀ ਸੈਕਿੰਡ ਸਟੇਜ ਹੈ, ਯਾਨੀ ਕਿ ਇੰਟਰਵਿਊ ਸਟੇਜ, ਉਹਦੇ ਰਿਗਾਰਡਿੰਗ ਮੈਂ ਤੁਹਾਨੂੰ ਕੁਝ ਜਾਣਕਾਰੀ ਦੇਣੀ ਚਾਹੁੰਦਾ। ਉਸ ਤੋਂ ਇਲਾਵਾ ਇਹ ਜਿਹੜੀ ਵੀਡੀਓ ਹੈ, ਇਹ ਸਿਰਫ ਉਹਨਾਂ ਲਈ ਨਹੀਂ ਹੈਗੀ ਜਿਨ੍ਹਾਂ ਨੇ 26 ਮਈ ਦਾ ਪੇਪਰ ਦਿੱਤਾ ਸੀਗਾ, ਬਲਕਿ ਉਹਨਾਂ ਸਾਰਿਆਂ ਦੇ ਲਈ ਹੈ ਜੋ PPSC ਦੇ ਐਗਜ਼ਾਮ ਦੇ ਲਈ ਪ੍ਰਿਪਰੇਸ਼ਨ ਕਰਦੇ ਨੇ ਤੇ ਉਹ ਆਪਣੇ ਐਗਜ਼ਾਮ ਦੀ ਸੈਕਿੰਡ ਸਟੇਜ ਯਾਨੀ ਕਿ ਇੰਟਰਵਿਊ ਸਟੇਜ ਤੱਕ ਪਹੁੰਚਦੇ ਨੇ, ਉਹਨਾਂ ਸਾਰਿਆਂ ਦੇ ਲਈ ਵੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਰਹੂਗੀ। ਮੇਰਾ ਨਾਮ ਅਰਸ਼ਦੀਪ ਤੇ ਮੈਂ ਇਸ ਪਲੇਟਫਾਰਮ ਦੇ ਉੱਪਰ ਫੈਕਲਟੀ ਮੈਂਬਰ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਵੀ ਇੰਟਰਵਿਊ ਰਿਗਾਰਡਿੰਗ ਤੁਸੀਂ ਕੋਈ ਵੀ ਸਲਾਹ ਲੈਣੀ ਹੈ ਤਾਂ ਆ ਨੀਚੇ ਦਿੱਤੇ ਗਏ ਨੰਬਰ ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰਿਓ। ਹੁਣ ਆਪਾਂ ਕਰਦੇ ਹਾਂ ਸ਼ੁਰੂ। ਦੇਖੋ, ਇੰਟਰਵਿਊ ਦੇ ਲਈ ਤੁਸੀਂ ਸੋਰਸਿਸ ਕਿੱਥੋਂ ਇਕੱਠੇ ਕਰ ਰਹੇ ਨੇ, ਕਿੱਥੋਂ ਪੜ੍ਹਨਾ ਹੈ। ਸਭ ਤੋਂ ਇੰਪੋਰਟੈਂਟ ਗੱਲ, ਜਿਹੜਾ ਪੰਜਾਬੀ ਟ੍ਰਿਬਿਊਨ ਆਪਣਾ ਨਿਊਜ਼ਪੇਪਰ ਹੈਗਾ, ਤੁਸੀਂ ਉਹਦੇ ਐਡੀਟੋਰੀਅਲ ਆਉਂਦੇ ਨੇਗੇ ਜਿਹੜੇ, ਉਹ ਜ਼ਰੂਰ ਪੜ੍ਹਨੇ ਨੇ ਰੋਜ਼, ਠੀਕ ਹੈ। ਉਸ ਤੋਂ ਇਲਾਵਾ ਜੇ ਹੋ ਸਕਦਾ ਤਾਂ ਅਜੀਤ ਤੇ ਜਗਬਾਣੀ ਜਿਹੜੇ ਇਹ ਅਖਬਾਰ ਨੇ, ਇਹਨਾਂ ਦੇ ਜਿਹੜੇ ਇੰਪੋਰਟੈਂਟ ਐਡੀਟੋਰੀਅਲ ਆਉਂਦੇ ਨੇ ਉਹ ਵੀ ਤੁਸੀਂ ਜ਼ਰੂਰ ਪੜ੍ਹਨੇ ਨੇ। ਤੇ ਉਸ ਤੋਂ ਇਲਾਵਾ ਮੈਂ ਜਿਹੜੀਆਂ ਡੇਲੀ ਕਰੰਟ ਅਫੇਅਰ ਦੇ ਵੀਡੀਓ ਕਰਵਾਉਣਾ, ਇਹ ਵੀ ਤੁਸੀਂ ਜ਼ਰੂਰ ਦੇਖਣੇ ਨੇ, ਦੇਖਣੀਆਂ ਨੇ, ਕਿਉਂਕਿ ਇਹਨਾਂ ਵਿੱਚ ਮੈਂ ਇਕੱਲੇ ਪੰਜਾਬ ਦੇ ਕਰੰਟ ਅਫੇਅਰ ਹੀ ਨਹੀਂ ਬਲਕਿ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਇੰਪੋਰਟੈਂਸ ਦੇ ਕਰੰਟ ਅਫੇਅਰਸ ਹੁੰਦੇ ਨੇਗੇ ਜਿਹੜੇ ਤੁਹਾਡੇ ਤੋਂ ਇੰਟਰਵਿਊ ਦੇ ਵਿੱਚ ਪੁੱਛੇ ਜਾ ਸਕਦੇ ਨੇਗੇ, ਉਹ ਵੀ ਮੈਂ ਇਹਨਾਂ ਵੀਡੀਓਜ਼ ਦੇ ਵਿੱਚ ਸਾਰੇ ਕਵਰ ਕਰਦਾ। ਸੋ ਤੁਸੀਂ ਇਹ ਵੀਡੀਓਜ਼ ਵੀ ਜ਼ਰੂਰ ਦੇਖਣੇ ਨੇ। ਇਹ ਤਿੰਨ ਚੀਜ਼ਾਂ ਤਾਂ ਜੀ ਹੋ ਗਈਆਂ। ਇਸ ਤੋਂ ਇਲਾਵਾ ਤੁਸੀਂ ਯੂਟਿਊਬ ਤੇ ਇੱਕ ਚੈਨਲ ਹੈਗਾ ਪ੍ਰਾਈਮ ਏਸ਼ੀਆ TV, ਉਹ ਤੁਸੀਂ ਸਰਚ ਕਰਨਾ। ਉਹਦੇ ਉੱਪਰ ਵੀ ਤੁਸੀਂ ਇੱਕ ਚੀਜ਼ ਸਪੈਸੀਫਿਕ ਦੇਖਣੀ ਹੈ, ਇੱਕ ਪਰਸਨ ਨੇਗੇ ਜਤਿੰਦਰ ਪੰਨੂ, ਉਹਨਾਂ ਦਾ ਨਾਮ ਹੈ, ਉਹਨਾਂ ਦੀ ਡਿਸਕਸ਼ਨ ਦਾ ਮਤਲਬ ਤੁਸੀਂ ਸਰਚ ਕਰਨਾ ਯੂਟਿਊਬ ਦੇ ਵਿੱਚ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਇਹ ਬਹੁਤ ਹੀ ਵਧੀਆ ਮਤਲਬ ਡਿਬੇਟ ਚੱਲਦੀ ਹੈਗੀ। ਤੁਸੀਂ ਇਹਨਾਂ ਦੀਆਂ ਮਤਲਬ ਪਿਛਲੇ 3 ਤੋਂ ਲੈ ਕੇ 4 ਮਹੀਨਿਆਂ ਤੱਕ ਦੀਆਂ ਜਿੰਨੀਆਂ ਵੀਡੀਓਜ਼ ਨੇ ਰੋਜ਼ ਇੱਕ ਇੱਕ ਵੀਡੀਓ ਦੇਖ ਲਿਆ ਕਰੋ। ਇਹਦੇ ਨਾਲ ਕੀ ਹੋਊਗਾ, ਤੁਹਾਡਾ ਮਤਲਬ ਵਧੀਆ ਹੋਲਡ ਬਣ ਜਾਊਗਾ ਜਿਹੜੇ ਕਰੰਟ ਅਫੇਅਰਸ ਨੇਗੇ, ਤੇ ਉਸ ਤੋਂ ਇਲਾਵਾ ਤੁਹਾਨੂੰ ਕੌਨਫੀਡੈਂਸ ਵੀ ਆਜੂਗਾ ਤੇ ਸਭ ਮਤਲਬ ਤੁਹਾਨੂੰ ਵਧੀਆ ਨੌਲੇਜ ਹੋਜੂਗੀ ਵੀ ਇੰਟਰਵਿਊ ਦੇ ਵਿੱਚ ਤੁਹਾਡੇ ਤੋਂ ਕੀ ਪੁੱਛਿਆ ਜਾ ਸਕਦਾਗਾ। ਇਹ ਸੀਗਾ ਸਾਰਾ ਸੋਰਸਿਸ ਬਾਰੇ। ਹੁਣ ਮੈਂ ਤੁਹਾਨੂੰ ਇੱਕ ਦੋ ਕੁਐਸਚਨਸ ਐਜ਼ ਐਗਜ਼ਾਮਪਲ ਕਰਾਉਣਾ ਵੀ ਤੁਹਾਡੇ ਤੋਂ ਕਿਵੇਂ ਕੁਐਸਚਨ ਪੁੱਛੇ ਜਾ ਸਕਦੇ ਨੇ। ਪਹਿਲਾ ਕੁਐਸਚਨ ਆ ਗਿਆ, ਇਹ ਕਹਿੰਦਾ ਜੀ ਡਿਫਰੈਂਸ਼ੀਏਟ ਬਿਟਵੀਨ 13 ਪੁਆਇੰਟ ਐਂਡ 200 ਪੁਆਇੰਟ ਰੋਸਟਰ ਸਿਸਟਮ। ਦੇਖੋ, ਇਹ ਕੁਐਸਚਨ ਹੈਗਾ, ਇਹ ਕਾਫੀ ਜ਼ਿਆਦਾ ਨਿਊਜ਼ 'ਚ ਸੀਗਾ ਪਿੱਛੇ, ਇਹ ਕਿਉਂਕਿ ਐਜੂਕੇਸ਼ਨ ਤੁਹਾਡੇ ਨਾਲ ਜਿਹੜੇ ਐਗਜ਼ਾਮਸ ਕੰਡਕਟ ਕਰਵਾਇਆ ਸੀਗਾ ਉਹਦੇ ਨਾਲ ਵੀ ਰਿਲੇਟ ਕਰਦਾ ਹੈਗਾ। ਸੋ ਇਹਦੇ ਵੀ ਪੂਰੇ ਚਾਂਸਿਸ ਬਣਦੇ ਨੇ ਤੁਹਾਡੇ ਤੋਂ ਪੁੱਛੇ ਜਾਣ ਦੇ। ਵੈਸੇ ਇਹ ਇੱਕ ਐਜ਼ ਅ ਐਗਜ਼ਾਮਪਲ ਹੈਗਾ ਵੀ ਤੁਹਾਡੇ ਤੋਂ ਕਿਵੇਂ ਕੁਐਸਚਨ ਪੁੱਛਣਗੇ। ਇਹ ਕਹਿੰਦੇ ਜੀ ਵੀ ਇਹ ਦੋ ਮਤਲਬ ਜਿਹੜੇ ਰੋਸਟਰ ਸਿਸਟਮ ਨੇਗੇ ਇਹ ਨਿਊਜ਼ 'ਚ ਸੀਗੇ, ਤੁਸੀਂ ਇਹਨਾਂ ਦੇ ਵਿੱਚ ਡਿਫਰੈਂਸ਼ੀਏਟ ਕਰੋ ਵੀ ਇਹਨਾਂ 'ਚ ਕੀ ਫਰਕ ਹੈ। ਦੇਖੋ, ਸਭ ਤੋਂ ਪਹਿਲੀ ਗੱਲ, ਜਿਹੜੇ ਇਹ ਦੋ ਪੁਆਇੰਟਸ ਨੇਗੇ 13 ਪੁਆਇੰਟ ਤੇ 200 ਪੁਆਇੰਟ ਰੋਸਟਰ ਸਿਸਟਮ, ਇਹ ਹੈ ਕਿ ਇਹ ਜਿਹੜੇ ਵੀ ਆਪਣੇ ਕਾਲਜ ਤੇ ਯੂਨੀਵਰਸਿਟੀਜ਼ ਹੋ ਗਈਆਂ ਉਹਨਾਂ ਦੇ ਵਿੱਚ ਜਿਹੜੇ ਟੀਚਰ ਦੇ ਪ੍ਰੋਫੈਸਰ ਅਪਾਇੰਟ ਕਰ ਰਹੇ ਹੁੰਦੇ ਨੇਗੇ ਉਹਨਾਂ ਨੂੰ ਲੈ ਕੇ ਇਹ ਸਿਸਟਮ ਬਣਾਇਆ ਗਿਆ, ਠੀਕ ਹੈ। ਹੁਣ ਜਿਹੜੇ ਇਹ ਅਲੱਗ-ਅਲੱਗ ਸਿਸਟਮ ਨੇ ਆਪਾਂ ਇਹਨਾਂ ਨੂੰ ਡਿਸਕਸ ਕਰਦੇ ਹਾਂ, ਠੀਕ ਹੈ। ਸਭ ਤੋਂ ਪਹਿਲਾਂ 200 ਪੁਆਇੰਟ ਰੋਸਟਰ ਸਿਸਟਮ ਸੀਗਾ, ਉਹ ਕੀ ਸੀਗਾ? ਦੇਖੋ, ਇਹਦੇ ਵਿੱਚ ਕੀ ਹੁੰਦਾ ਸੀਗਾ, ਇੱਕ ਯੂਨੀਵਰਸਿਟੀ ਦੇ ਉੱਪਰ ਐਗਜ਼ਾਮਪਲ ਲਾ ਲਓ, ਠੀਕ ਹੈ, ਕੋਈ ਵੀ ਯੂਨੀਵਰਸਿਟੀ ਦੇ ਵਿੱਚ ਫਰਜ਼ ਕਰੋ 50 ਪੋਸਟਾਂ ਆ ਗਈਆਂ, ਠੀਕ ਹੈ। ਇਹ 'ਚ ਕੀ ਹੁੰਦਾ ਸੀਗਾ, ਐਜ਼ ਅ ਹੋਲ ਇੱਕ ਯੂਨੀਵਰਸਿਟੀ ਨੂੰ ਮਤਲਬ ਮੰਨਿਆ ਜਾਂਦਾ ਸੀਗਾ ਤੇ ਯੂਨੀਵਰਸਿਟੀ ਦੇ ਹਿਸਾਬ ਨਾਲ ਹੀ ਸੀਟਾਂ ਵੰਡੀਆਂ ਜਾਂਦੀ ਸੀਗਾ। ਉਹਦੇ ਨਾਲ ਕੀ ਹੁੰਦਾ ਸੀਗਾ, ਜਿਹੜੇ ਆਪਣੇ SC ST ਕਮਿਊਨਿਟੀ ਦੇ ਮਤਲਬ ਪੀਪਲ ਹੋ ਗਏ ਉਹਨਾਂ ਦੀ ਜਿਹੜੀ ਸੀਟਾਂ ਹੁੰਦੇ ਸੀਗਾ ਉਹਨਾਂ ਦੀ ਵੀ ਪ੍ਰੋਪਰ ਰਿਪ੍ਰੈਜੈਂਟੇਸ਼ਨ ਹੁੰਦੀ ਹੁੰਦੀ ਸੀਗੀ, ਤੇ ਸਾਰਿਆਂ ਨੂੰ ਮਤਲਬ ਜਿੰਨੇ ਵੀ ਆਪਣੇ ਰਿਜ਼ਰਵ ਕੈਟਾਗਰੀਜ਼ ਨੇਗੇ ਉਹਨਾਂ ਨੂੰ ਸਾਰਿਆਂ ਨੂੰ ਵੀ ਫਾਇਦਾ ਹੁੰਦਾ ਸੀਗਾ ਜਨਰਲ ਕੈਟਾਗਰੀ ਦੇ ਨਾਲ। ਸੋ ਇਹ ਪੁਆਇੰਟ ਤਾਂ ਸੀ ਵਧੀਆ। ਪਿੱਛੇ ਜੇ ਕੀ ਕਰਿਆ ਸੀਗਾ, ਜਿਹੜਾ 13 ਪੁਆਇੰਟ ਸਿਸਟਮ ਸੀਗਾ ਇਹਨੂੰ ਲਿਆਂਦਾ ਗਿਆ ਸੀਗਾ 200 ਪੁਆਇੰਟ ਨੂੰ ਰਿਪਲੇਸ ਕਰਕੇ। ਹੁਣ ਇਹ 13 ਪੁਆਇੰਟ ਸਿਸਟਮ ਕੀ ਸੀਗਾ, ਇਹਦੇ ਵਿੱਚ ਕੀ ਸੀਗਾ, ਹੁਣ ਜਿਹੜੀ ਰਿਜ਼ਰਵੇਸ਼ਨ ਹੁੰਦੀ ਸੀਗੀ ਸੀਟ ਮਤਲਬ ਅਪਾਇੰਟਮੈਂਟ ਦੇ ਲਈ ਟੀਚਰਸ ਦੇ ਪ੍ਰੋਫੈਸਰ ਦੀ, ਉਹ ਇਹਨਾਂ ਨੇ ਕਾਲਜ ਨੂੰ ਐਜ਼ ਅ ਹੋਲ ਮੰਨਣ ਦੀ ਜਗ੍ਹਾ ਛੱਡ ਕੇ ਇਕੱਲੇ ਸਪੈਸੀਫਿਕ ਡਿਪਾਰਟਮੈਂਟ ਵਾਈਜ਼ ਰਿਜ਼ਰਵੇਸ਼ਨ ਕਰਨੀ ਸ਼ੁਰੂ ਕਰਤੀ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਸਮਝਾਉਣਾ। ਫੋਰ ਐਗਜ਼ਾਮਪਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿ ਜਿਹੜੀ, ਉਹਦਾ ਕੋਈ ਵੀ ਇੱਕ ਡਿਪਾਰਟਮੈਂਟ ਹੈਗਾ, ਠੀਕ ਹੈ, ਸਪੈਸੀਫਿਕ ਡਿਪਾਰਟਮੈਂਟ ਲਾ ਲਓ, ਠੀਕ ਹੈ, ਹਿਸਟਰੀ ਡਿਪਾਰਟਮੈਂਟ ਲਾ ਲਓ, ਉਹਦੇ ਵਿੱਚ ਫਰਜ਼ ਕਰੋ 14 ਪੋਸਟਾਂ ਆ ਗਈਆਂ ਪ੍ਰੋਫੈਸਰ ਦੀਆਂ। ਤੇ ਹੁਣ ਇਹ ਕੀ ਕਰਨਗੇ, ਉਹਦੇ 'ਚ ਨਾ ਜਦੋਂ ਪੋਸਟ ਆ ਗਿਆ ਉਹਦੇ ਕੀ ਹੁੰਦਾ ਸੀਗਾ, ਜਦੋਂ ਮਤਲਬ ਪੋਸਟਾਂ ਦੇਣੀਆਂ ਹੁੰਦੀਆਂ ਸੀ ਟੀਚਰ ਨੂੰ ਤਾਂ ਜਿਹੜੇ ਮਤਲਬ ਰਿਜ਼ਰਵ ਕੈਟਾਗਰੀ ਦੇ ਪੀਪਲ ਸੀਗੇ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਰਹਿ ਜਾਂਦੀ ਸੀਗੇ ਤੇ ਜਨਰਲ ਕੈਟਾਗਰੀ ਸੀਗੀ ਜਿਹੜੀ ਉਹ ਲਗਭਗ ਸਾਰੀਆਂ ਸੀਟਾਂ ਉਹਨਾਂ ਨੂੰ ਮਿਲ ਜਾਂਦੀਆਂ ਸੀਗੀਆਂ ਤੇ ਜਿਹੜੇ ਸ਼ਡਿਊਲ ਟ੍ਰਾਈਬ ਤੇ ਹੋਰ ਕਈ ਮਤਲਬ ਪਿਛੜੀਆਂ ਆਪਣੀ ਉਹ ਆ ਗਿਆ ਤੇ ਉਹਨਾਂ ਸਾਰਿਆਂ ਨੂੰ ਮਤਲਬ ਰਿਪ੍ਰੈਜੈਂਟੇਸ਼ਨ ਤੋਂ ਰਹਿ ਜਾਂਦੇ ਸੀਗੇ, ਉਹਨਾਂ ਦੇ ਲਈ ਕੋਈ ਵੈਕੈਂਸੀ ਨਹੀਂ ਬਚਦੀ ਸੀਗੀ। ਸੋ ਇਹ ਇੱਕ ਜਿਹੜਾ 13 ਪੁਆਇੰਟ ਦੀ ਇਹ ਲਿਮਿਟੇਸ਼ਨ ਸੀਗੀ। ਸੋ ਤਾਂ ਕਰਕੇ ਹੁਣ ਕੀ ਕਰਿਆ ਸਰਕਾਰ ਨੇ, ਜਿਹੜਾ 200 ਪੁਆਇੰਟ ਸੀਗਾ ਇਹਨੂੰ ਦੁਬਾਰਾ ਤੋਂ ਰਿਵਾਈਵ ਕਰਿਆ ਗਿਆ, ਮਤਲਬ ਹੁਣ 200 ਪੁਆਇੰਟ ਜਿਹੜਾ ਰੋਸਟਰ ਸਿਸਟਮ ਹੈਗਾ ਇਹਦੇ ਹਿਸਾਬ ਨਾਲ
ਯੂਨੀਵਰਸਿਟੀ ਕਾਲਜ ਦੇ ਵਿੱਚ ਅਪੁਆਇੰਟਮੈਂਟ ਨੂੰ ਲੈ ਕੇ ਪ੍ਰੋਫੈਸਰ ਦੀ ਰੈਜ਼ਰਵੇਸ਼ਨ ਹੋਇਆ ਕਰੂਗੀ। ਠੀਕ ਹੈ, ਇਹ ਸੀਗਾ ਸਾਰਾ ਬੇਸਿਕ ਜਿਹਾ, ਤੁਹਾਡੇ ਤੋਂ ਬਸ ਇੰਨਾ ਹੀ ਪੁੱਛਣਗੇ ਤੇ ਤੁਸੀਂ ਇਹਦਾ ਆਨਸਰ ਕਰਨਾ। ਠੀਕ ਹੈ, ਦੂਜਾ ਕੁਐਸਚਨ ਚੱਲਦੇ ਹਾਂ ਆਪਾਂ। ਇਹ ਕਹਿੰਦਾ ਜੀ, ਇਹ ਅੱਜ ਮੈਂ ਆਪਣੀ ਸਵੇਰ ਵਾਲੀ ਵੀਡੀਓ ਦੇ ਵਿੱਚ ਵੀ ਡਿਸਕਸ ਕਰਵਾਇਆ ਸੀਗਾ, ਪਰ ਆਪਾਂ ਇੱਥੇ ਵੀ ਡਿਸਕਸ ਕਰਦੇ ਹਾਂ। ਇਹ ਕਹਿੰਦਾ ਜੀ, ਵਾਈ ਦਾ ਡੇਟ ਆਫ ਸੋਇੰਗ ਆਫ ਪੈਡੀ ਕ੍ਰੋਪ ਇਹ ਕੰਟੀਨਿਊਸ ਡਿਸਪਿਊਟ ਬਿਟਵੀਨ ਦਾ ਫਾਰਮਰਸ ਐਂਡ ਦਾ ਗੌਰਮੈਂਟ। ਇਹ ਕਹਿੰਦਾ ਜਿਹੜਾ ਝੋਨੇ ਦੀ ਫਸਲ ਨੂੰ ਆਪਾਂ ਬੀਜਦੇ ਹਾਂ, ਉਹਦੀ ਇੱਕ ਸਰਕਾਰ ਨੇ ਤਰੀਕ ਫੀਸ ਫਿਕਸ ਕੀਤੀ ਹੋਈ ਹੈ, ਉਹ ਹੈਗੀ ਜੀ 20 ਜੂਨ। ਉਹ ਜਿਹੜੀ ਤਰੀਕ ਹੈਗੀ, ਉਹ ਜਿਹੜੇ ਕਿਸਾਨ ਨੇ ਤੇ ਸਰਕਾਰ ਦੇ ਵਿੱਚ ਕਿਉਂ ਵਿਵਾਦਾਂ ਦਾ ਕਾਰਨ ਬਣ ਰਹੀ ਹੈ, ਤੇ ਉਸ ਤੋਂ ਇਲਾਵਾ ਤੁਹਾਡੇ ਹਿਸਾਬ ਨਾਲ ਇਹ ਪੁੱਛ ਰਹੇ ਨੇ ਵੀ ਤੁਹਾਡੇ ਹਿਸਾਬ ਨਾਲ ਇਹਨਾਂ ਦੇ ਦੋਹਾਂ ਦੇ ਵਿੱਚੋਂ ਕੌਣ ਠੀਕ ਹੈ ਤੇ ਇਹਦਾ ਵੇ ਫਾਰਵਰਡ ਕੀ ਹੋਣਾ ਚਾਹੀਦਾ। ਠੀਕ ਹੈ, ਇਹ ਮਤਲਬ ਆਮਣੋ ਸਾਹਮਣੇ ਤੁਹਾਡੇ ਨਾਲ ਗੱਲਾਂ ਕਰਨਗੇ, ਉਹ ਬੈਠ ਕੇ ਵੀ ਆਹ ਇਸ਼ੂ ਹੈਗਾ ਤੁਹਾਡੇ ਹਿਸਾਬ ਨਾਲ, ਸਰਕਾਰ ਠੀਕ ਹੈ ਜਾਂ ਕਿਸਾਨ ਠੀਕ ਨੇ ਤੇ ਇਹਦਾ ਕੀ ਵੇ ਫਾਰਵਰਡ ਹੋਣਾ ਚਾਹੀਦਾ, ਇਹ ਮਤਲਬ ਤੁਹਾਡੇ ਤੋਂ ਕੁਐਸਚਨ ਪੁੱਛਿਆ ਗਿਆ। ਦੇਖੋ, ਜਿਹੜੇ ਤਾਂ ਇਹੋ ਜਿਹੇ ਕੁਐਸਚਨ ਨੇ, ਇਹਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ, ਤੁਸੀਂ ਹਮੇਸ਼ਾ ਇੱਕ ਬਾਇਸਡ ਜਿਹਾ ਆਨਸਰ ਦੇਣਾ, ਮਤਲਬ ਇੱਕ ਨਿਊਟਰਲ ਜਿਹਾ ਆਨਸਰ ਦੇਣਾ ਹੁੰਦਾ। ਨਾ ਤਾਂ ਤੁਸੀਂ ਸਰਕਾਰ ਦਾ ਪੱਖ ਲੈਣਾ ਹੁੰਦਾ ਪ੍ਰੋਪਰ, ਨਾ ਤੁਸੀਂ ਜਿਹਦੀ ਗੱਲ ਕਰ ਰਹੇ ਨੇ ਉਹਦਾ ਪੱਖ ਲੈਣਾ ਹੁੰਦਾ, ਇੱਕ ਨਿਊਟਰਲ ਜਿਹਾ ਆਨਸਰ ਦੇਣਾ ਹੁੰਦਾ। ਸੋ ਕਰਕੇ ਤਾਂ ਉਹ ਚੀਜ਼ ਦਾ ਤੁਹਾਨੂੰ ਬੈਨੀਫਿਟ ਹੋ ਸਕਦਾ। ਦੇਖੋ, ਮੈਂ ਤੁਹਾਨੂੰ ਦੱਸਦਾ ਵੀ ਕੀ ਸੀਗਾ ਹੁਣ। ਦੇਖੋ, ਇਹ ਕੁਐਸਚਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ, ਦੇਖੋ ਗਲਤੀ ਸਰਕਾਰ ਦੀ ਵੀ ਨਹੀਂ ਹੈਗੀ, ਗਲਤੀ ਕਿਸਾਨਾਂ ਦੀ ਵੀ ਨਹੀਂ ਹੈਗੀ, ਦੋਵੇਂ ਆਪਣੀ ਆਪਣੀ ਜਗ੍ਹਾ ਠੀਕ ਨੇਗੇ। ਕਿਵੇਂ ਠੀਕ ਨੇਗੇ? ਦੇਖੋ, ਜਿਹੜੀ ਤਾਂ ਸਰਕਾਰ ਹੋ ਗਈ, ਉਹਨਾਂ ਨੇ ਇਹ ਡੇਟ 20 ਤਰੀਕ ਕਿਉਂ ਫਿਕਸ ਕਰੀ ਹੈ? ਪਹਿਲਾਂ ਤਾਂ ਦੇਖੋ, ਜਿਹੜੇ ਝੋਨਾ ਬੀਜਿਆ ਜਾਂਦਾ ਸੀਗਾ ਉਹ ਜੂਨ ਦੇ ਪਹਿਲੇ ਹਫ਼ਤੇ ਬੀਜਿਆ ਜਾਂਦਾ ਸੀਗਾ, ਹੁਣ 20 ਜੂਨ ਕਰਤਾ, ਕਿਉਂਕਿ ਜਿਹੜੀ ਪੈਡੀ ਆਪਣੀ ਜੀਰੀ ਦੀ ਫਸਲ ਹੈਗੀ ਉਹਨੂੰ ਬੀਜਣ ਦੇ ਲੱਗੇ ਪਾਣੀ ਹੈਗਾ, ਜਿਹੜਾ ਆਪਣਾ ਗਰਾਊਂਡ ਵਾਟਰ ਹੈ ਉਹਦੀ ਵੇਸਟੇਜ ਕਾਫੀ ਜ਼ਿਆਦਾ ਹੁੰਦੀ ਹੈ। ਠੀਕ ਹੈ, ਸੋ ਇੱਕ ਪਿੱਛੇ ਜੇ ਰਿਪੋਰਟ ਵੀ ਆਈ ਸੀਗੀ, ਤੁਸੀਂ ਇਹ ਜਿਹੜੀਆਂ ਐਕਸਟਰਾ ਗੱਲਾਂ ਨੇ ਨਾ ਇਹ ਵੀ ਉਹਨਾਂ ਨੂੰ ਦੱਸ ਸਕਦੇ ਹੋ, ਇਹ ਤੁਹਾਡੇ ਪਲੱਸ ਪੁਆਇੰਟ ਦੇ ਵਿੱਚ ਜਾਣਗੀਆਂ ਵੀ ਇੱਕ ਪਿੱਛੇ ਜੇ ਰਿਪੋਰਟ ਰਿਲੀਜ਼ ਹੋਈ ਸੀਗੀ ਉਹਨਾਂ ਨੇ, ਉਹਦੇ ਨਾਸਾ ਦੀ ਰਿਪੋਰਟ ਸੀਗੀ, ਉਹਨਾਂ ਦੇ ਵਿੱਚ ਦੱਸਿਆ ਗਿਆ ਸੀਗਾ ਵੀ ਪੰਜਾਬ ਜੇ ਇਦਾਂ ਹੀ ਚੱਲਦਾ ਰਿਹਾ ਝੋਨੇ ਦੀ ਫਸਲ ਕਰਕੇ ਆਉਣ ਵਾਲੇ 25 ਤੋਂ ਲੈ ਕੇ 30 ਸਾਲ ਦੇ ਵਿੱਚ ਪੰਜਾਬ ਡੈਜ਼ਰਟ ਬਣ ਜਾਊਗਾ। ਠੀਕ ਹੈ, ਸੋ ਪੰਜਾਬ ਸਰਕਾਰ ਦਾ ਤਾਂ ਇਹ ਐਮ ਹੈ ਵੀ ਅਸੀਂ ਪਾਣੀ ਨੂੰ ਵੱਧ ਤੋਂ ਵੱਧ ਬਚਾਈਏ, ਪਰ ਹੁਣ ਕਿਸਾਨਾਂ ਦੀ ਕੀ ਮਜਬੂਰੀ ਹੈ? ਦੇਖੋ, ਜਦੋਂ ਆਪਾਂ ਝੋਨਾ ਬੀਜਦੇ ਹਾਂ ਸਭ ਤੋਂ ਪਹਿਲਾਂ ਤਾਂ ਝੋਨਾ ਜਿਹੜੀ ਆਮ ਜੀਰੀ ਹੁੰਦੀ ਹੈ ਕਿ ਉਹ ਲਾਈ ਜਾਂਦੀ ਹੈ, ਤੇ ਉਸ ਤੋਂ ਬਾਅਦ ਇੱਕ ਬਾਸਮਤੀ ਚਾਵਲ ਹੁੰਦੇ ਆ, ਜਿਹੜਾ ਆਪਾਂ ਸੁਣਦੇ ਹਾਂ ਬਾਸਮਤੀ ਚੌਲ ਜਿਹਨੂੰ ਆਪਾਂ 11-21 ਕਹਿੰਦੇ ਹਾਂ, ਉਹ ਬਾਅਦ ਵਿੱਚ ਲੱਗਦੇ ਆ ਫਸਲ। ਤੇ ਹੁਣ ਦੇਖੋ, ਹੁਣ ਜਦੋਂ ਸਰਕਾਰ ਨੇ ਉਹ ਤਰੀਕ ਲੇਟ ਕਰਤੀ, 20 ਤਰੀਕ ਕਰਤੀ, ਉਹਨਾਂ ਕੀ ਹੋਊਗਾ? ਹੁਣ ਜਿਹੜੇ ਆਪਣੇ ਕਿਸਾਨ ਭਾਈ ਨੇਗੇ ਉਹਨਾਂ ਨੇ ਹੋਰ ਫਸਲਾਂ ਵੀ ਬੀਜਣੀ ਹੁੰਦੇ ਨੇ, ਗਾਂ ਸਰਦੀਆਂ ਆ ਰਹੀਆਂ ਨੇ, ਕਈਆਂ ਨੇ ਆਲੂ ਬੀਜਣੇ ਹੁੰਦੇ ਨੇ, ਕਈਆਂ ਨੇ ਕਣਕ ਬੀਜਣੀ ਹੁੰਦੀ ਹੈ, ਸੋ ਉਹ ਸਭ ਲੇਟ ਹੋ ਜਾਂਦਾ ਉਹਨਾਂ ਦਾ, ਇਸ ਕਰਕੇ ਕਿਸਾਨਾਂ ਦਾ ਵੀ ਸਿਸਟਮ ਹਿੱਲ ਜਾਂਦਾ ਨਾ। ਇਹ ਸਾਰਾ ਸੀਗਾ ਇਹਨਾਂ ਦਾ ਇਸ਼ੂ। ਸੋ ਕਰਕੇ ਵੀ ਤੁਸੀਂ ਹੁਣ ਵੇ ਫਾਰਵਰਡ ਕੀ ਦੱਸਣਾ ਵੀ ਤੁਸੀਂ ਪਹਿਲਾਂ ਇਹ ਦੱਸਣਾ ਵੀ ਸਰਕਾਰ ਵੀ ਆਪਣੀ ਜਗ੍ਹਾ ਠੀਕ ਹੈ ਤੇ ਕਿਸਾਨ ਨੇਗੇ ਉਹ ਵੀ ਆਪਣੀ ਜਗ੍ਹਾ ਠੀਕ ਹੈ, ਹੁਣ ਇਹਦਾ ਹੱਲ ਕੀ ਹੋ ਸਕਦਾ? ਦੇਖੋ, ਜਿਹੜੀ ਆਪਣੀ ਸੈਂਟਰ ਸਰਕਾਰ ਹੈ MSP ਤਾਂ ਉਹ ਦਿੰਦੀ ਹੈ ਕਈ ਫਸਲਾਂ ਦਾ, ਪਰ ਜਿੰਨਾ ਕਿਸਾਨਾਂ ਨੂੰ ਬਣਦਾ ਉਹਨਾਂ ਉਹਨਾਂ ਨੂੰ ਹੱਕ ਨਹੀਂ ਮਿਲ ਰਿਹਾ। ਠੀਕ ਹੈ, ਮਤਲਬ ਸਰਕਾਰ ਬਾਕੀ ਫਸਲਾਂ ਦਾ ਪ੍ਰੋਪਰ ਜੇ MSP ਵਧੀਆ MSP ਦੇਵੇ ਤੇ ਜਿਹੜੇ ਆਪਣੇ ਕਿਸਾਨ ਵੀਰ ਨੇ ਉਹ ਕੱਲੀ ਜੀਰੀ ਦੇ ਕਣਕ ਦੇ ਉੱਪਰ ਡਿਪੈਂਡੈਂਟ ਹੀ ਕਿਉਂ ਰਹਿਣ? ਉਹ ਹੋਰ ਫਸਲਾਂ ਕਿਉਂ ਨਹੀਂ ਬੀਜ ਸਕਦੇ? ਜੇ ਫਰਜ਼ ਕਰੋ ਉਹਨਾਂ ਨੇ MSP ਬਾਕੀ ਫਸਲਾਂ ਨੂੰ ਵਧੀਆ ਦਿੱਤਾ ਤੇ ਕਿਸਾਨ ਜੀਰੀ ਤੋਂ ਸ਼ਿਫਟ ਕਰ ਗਏ ਕਿਸੇ ਹੋਰ ਕ੍ਰੋਪ ਵੱਲ, ਤੇ ਹੁਣ ਇਹਦੇ ਨਾਲ ਆਟੋਮੈਟਿਕ ਕੀ ਹੋਊਗਾ? ਜਿਹੜਾ ਆਪਣਾ ਗਰਾਊਂਡ ਵਾਟਰ ਹੈਗਾ ਉਹ ਵੀ ਉਹਦੀ ਵੀ ਬਚਤ ਹੋਊਗੀ, ਉਹ ਵੀ ਮੱਲੋ ਮੱਲੀ ਸੇਵ ਹੋਜੂਗਾ, ਇਹਦੇ ਨਾਲ ਕੀ ਹੋਊਗਾ? ਸਰਕਾਰ ਦਾ ਹੀ ਫਾਇਦਾ ਹੋਊਗਾ, ਤੇ ਜਿਹੜਾ ਸਰਕਾਰ ਤੇ ਕਿਸਾਨਾਂ ਦੇ ਵਿੱਚ ਡਿਸਪਿਊਟ ਚੱਲ ਰਿਹਾ ਇਹ ਵੀ ਆਪਣੇ ਆਪ ਖਤਮ ਹੋਜੂਗਾ। ਸੋ ਇਹੋ ਜਿਹੇ ਕੁਐਸਚਨ ਤੁਹਾਡੇ ਤੋਂ ਇੰਟਰਵਿਊ ਦੇ ਵਿੱਚ ਪੁੱਛੇ ਜਾ ਸਕਦੇ ਨੇ। ਸੋ ਮੈਂ ਫੇਰ ਕਹੂੰਗਾ ਵੀ ਕੋਈ ਵੀ ਤੁਸੀਂ ਸਲਾਹ ਲੈਣੀ ਹੈ ਤਾਂ ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਕੰਟੈਕਟ ਜ਼ਰੂਰ ਕਰਿਓ, ਅਸੀਂ ਤੁਹਾਡੇ ਸਾਰਿਆਂ ਦੇ ਨਾਲ ਆ। ਠੀਕ ਹੈ, ਸੋ ਇਹ ਸੀਗਾ ਸਾਰਾ ਇੰਟਰਵਿਊ ਦੇ ਬਾਰੇ। ਫੇਰ ਵੀ ਕੁਝ ਹੋਰ ਜਾਣਕਾਰੀ ਲੈਣੀ ਹੈ ਤਾਂ ਮੈਂ ਇੱਕ ਵਾਰ ਦੁਬਾਰਾ ਤੋਂ ਕਹਿਣਾ ਵੀ ਆ ਨੀਚੇ ਦਿੱਤੇ ਗਏ ਨੰਬਰ ਤੇ ਕੰਟੈਕਟ ਜ਼ਰੂਰ ਕਰਿਓ। ਧੰਨਵਾਦ।